ਇੱਥੇ ਲਾ ਸਕਦੇ। ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਨੇ? ਤੁਸੀਂ ਵੇਖ ਰਹੇ ਹੋ ਮਦਰ ਸੈਨ ਟੀ ਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮਦਰ ਸੈਨ ਜੋਈਆ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਰੋਜ਼ ਨਵੀਂ ਵੀਡੀਓ ਨਾਲ ਹਾਜ਼ਰ ਹੁੰਦਾ ਦੋਸਤਾਂ ਭਰਾਵਾਂ ਦੀ ਖਿਦਮਤ ਦੇ ਵਿੱਚ। ਮੈਂ ਜਨਾਬ ਉਹਨਾਂ ਭਰਾਵਾਂ ਦਾ ਸ਼ੁਕਰੀਆ ਅਦਾ ਕਰਨਾ ਅਤੇ ਬੜਾ ਮਸ਼ਹੂਰ ਹਾਂ ਕਿ ਜਿਹੜੇ ਮੇਰੇ ਚੈਨਲ ਨੂੰ ਬੜੀ ਮੁਹੱਬਤ ਦੇ ਨਾਲ ਅਤੇ ਬੜੀ ਚਾਹਤ ਦੇ ਨਾਲ ਵੇਖਦੇ ਨੇ ਅਤੇ ਦੋਸਤਾਂ ਜਨਾਬ ਮੇਰੀ ਵੀਡੀਓ ਲਾਈਕ ਸ਼ੇਅਰ ਵੀ ਕਰਦੇ ਨੇ। ਅੱਜ ਮੈਂ ਜਨਾਬ ਇੱਕ ਵੀਡੀਓ ਲੈ ਕੇ ਆਇਆ ਜਨਾਬ। ਇਹ ਮੇਰਾ ਇੱਕ ਸਬਸਕ੍ਰਾਈਬਰ ਸੀ, ਉਹ ਜਨਾਬ ਇੱਥੇ ਮੇਰੇ ਕੋਲ ਆਏ ਨੇ ਜਨਾਬ। ਉਹਨਾਂ ਨੇ ਮੱਝਾਂ ਖਰੀਦੀਆਂ ਨੇ, ਇੱਕ ਗਾਂ ਖਰੀਦੀ ਹੈ। ਉਹ ਵੀ ਇਹ ਜਨਾਬ ਬੂਰੇ ਰੰਗ ਦੀ ਮੱਝ ਹੈ। ਮੱਝ ਨੰਬਰ ਇੱਕ ਮਾਸ਼ਾਅੱਲਾ ਲੋਡ ਹੋਏਗੀ, ਫਿਰ ਮੱਝ ਨੰਬਰ ਦੋ, ਫਿਰ ਤਿੰਨ, ਫਿਰ ਚਾਰ, ਇਸੇ ਤਰਤੀਬ ਨਾਲ ਮੱਝਾਂ ਲੋਡ ਹੋਣਗੀਆਂ ਇਨਸ਼ਾਅੱਲਾ। ਇਹ ਜਨਾਬ ਮੱਝਾਂ ਮਾਸ਼ਾਅੱਲਾ ਲੋਡ ਹੋ ਗਈਆਂ ਨੇ। ਪੰਜ ਮੱਝਾਂ ਨੇ ਜਨਾਬ, ਚਾਰ ਸੂਈਆਂ ਹੋਈਆਂ ਨੇ ਅਤੇ ਇੱਕ ਸੂਣ ਵਾਲੀ ਹੈ। ਪੰਜ ਮੱਝਾਂ ਨੇ ਇੱਕ ਸੂਣ ਵਾਲੀ ਹੈ, ਚਾਰ ਸੂਈਆਂ ਹੋਈਆਂ ਨੇ ਅਤੇ ਇੱਕ ਗਾਏ। ਇਹ ਜਨਾਬ ਮੇਰੇ ਕੋਲ ਭਾਈ ਜੀ ਇੱਥੇ ਆਏ ਸੀ, ਉਹ ਦੋ ਤਿੰਨ ਦਿਨ ਮੇਰੇ ਕੋਲ ਰਹੇ ਨੇ ਇੱਥੇ ਆਪਣੀ ਮਰਜ਼ੀ ਨਾਲ ਜਨਾਬ। ਆਪਣੀ ਮਰਜ਼ੀ ਨਾਲ ਜਨਾਬ ਉਹਨਾਂ ਨੇ ਇੱਥੇ ਮੱਝਾਂ ਖਰੀਦੀਆਂ ਨੇ, ਤੁਰ ਫਿਰ ਕੇ ਉਹਨਾਂ ਨੇ ਜਨਾਬ ਮੱਝਾਂ ਲੈ ਕੇ ਦਿੱਤੀਆਂ ਨੇ ਜਨਾਬ ਉਹਨਾਂ ਭਾਈ ਹੋਰਾਂ ਨੂੰ। ਇੱਥੇ ਮੇਰੇ ਕੋਲ ਰਹਿਣ ਤਿੰਨ ਚਾਰ ਦਿਨ ਅਤੇ ਉਹ ਰਾਤੀ ਚਲੇ ਗਏ ਸੀ। ਨੰਬਰ ਵਿਖਾ ਦੇ ਗੱਡੀ ਦਾ, ਇਹ ਜਨਾਬ ਗੱਡੀ ਦਾ ਨੰਬਰ ਹੈ। ਉਹ ਰਾਤੀ ਚਲੇ ਗਿਆ ਸੀ ਜਨਾਬ, ਉਹਨਾਂ ਕਿਹਾ ਮਦਰ ਭਾਈ ਸਵੇਰੇ ਤੋਂ ਲੋਡ ਕਰਾ ਕੇ ਭੇਜ ਦੇਈਂ। ਅਤੇ ਹੁਣ ਮੈਂ ਜਨਾਬ ਇਹਨਾਂ ਦੀ ਲੋਡਿੰਗ ਕਰਵਾਉਣ ਲੱਗਾ ਇਹਨਾਂ ਮੱਝਾਂ ਦੀ। ਮਾਸ਼ਾਅੱਲਾ ਪੰਜ ਮੱਝਾਂ ਅਤੇ ਇੱਕ ਗਾਂ ਜਨਾਬ। ਇਹ ਮੇਰੇ ਸਬਸਕ੍ਰਾਈਬਰ ਜਨਾਬ, ਬੜੇ ਪਿਆਰੇ ਬਿਹਤਰੀਨ। ਇਹ ਜਨਾਬ ਗੁਜਰਾਂ ਵਾਲੇ ਜਾ ਰਹੀਆਂ ਨੇ ਮੱਝਾਂ, ਇਹ ਗੁਜਰਾਂ ਵਾਲੇ ਜਾ ਰਹੀਆਂ ਜਨਾਬ। ਅੱਲਾਹ ਅਤੇ ਅੱਲਾਹ ਦੇ ਰਸੂਲ ਦੇ ਵਾਲੇ ਜਨਾਬ। ਔਰ ਇਨਸ਼ਾਅੱਲਾ ਅੱਜ ਵਾਲੀ ਵੀਡੀਓ ਜਨਾਬ ਤੁਹਾਨੂੰ ਪਸੰਦ ਵੀ ਆਏਗੀ। ਤੁਸੀਂ ਜਨਾਬ ਇਹਨੂੰ ਲਾਈਕ ਵੀ ਕਰਨਾ, ਇਹਨੂੰ ਸ਼ੇਅਰ ਵੀ ਕਰਨਾ। ਵੀਡੀਓ ਜਨਾਬ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਵੇਖਣੀ, ਤਾਂ ਕਿ ਜਨਾਬ ਤੁਹਾਨੂੰ ਪੂਰੀ ਗੱਲ ਦੀ ਸਮਝ ਆ ਸਕੇ। ਵੀਡੀਓ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਵੇਖਣੀ ਔਰ ਇਨਸ਼ਾਅੱਲਾ ਅੱਜ ਤੁਹਾਨੂੰ ਮਜ਼ਾ ਆਏਗਾ ਇਹ ਵੀਡੀਓ ਵੇਖਣ ਦਾ। ਪੰਜ ਮੱਝਾਂ ਅਤੇ ਜਨਾਬ ਇੱਕ ਗਾਂ, ਪੰਜ ਮੱਝਾਂ ਅਤੇ ਇੱਕ ਗਾਂ ਵਿੱਚ ਕੋਈ ਪਹਿਲਣਾ ਨੇ, ਕੋਈ ਦੂਜਣਾ ਨੇ, ਕੋਈ ਤੀਜਣਾ ਨੇ। ਮੱਝ ਨੰਬਰ ਜਨਾਬ ਤਿੰਨ ਲੋਡ ਹੋ ਰਹੀ ਮਾਸ਼ਾਅੱਲਾ, ਮੱਝ ਨੰਬਰ ਤਿੰਨ ਲੋਡ ਹੋ ਰਹੀ, ਦੋ ਲੋਡ ਹੋ ਗਈਆਂ ਨੇ, ਇਸੇ ਤਰਤੀਬ ਨਾਲ ਜਨਾਬ ਲੋਡਿੰਗ ਹੋ ਰਹੀ ਮਾਸ਼ਾਅੱਲਾ। ਥੋੜ੍ਹੀ ਜਿਹੀ ਤੰਗ ਭੰਗ ਕਰ ਰਹੀਆਂ, ਅੜੀ ਕਰ ਰਹੀਆਂ ਥੋੜ੍ਹੀ ਜਿਹੀ, ਤਾਂ ਕਿ ਜਾਨਵਰ ਡਰਦਾ ਡਾਲੇ। ਹਾਂ
ਚੱਲ ਤੂੰ ਕੰਨ ਫੜ ਨੰਬਰ ਮੇਰਾ ਜਨਾਬ 0304 79 ਪੂਰਾ 776 ਇਹੋ ਹੀ ਮੇਰੇ ਵਟਸਐਪ ਦਾ ਨੰਬਰ ਹੈ, ਇਹੋ ਹੀ ਈਮੋ ਦਾ ਨੰਬਰ ਹੈ। ਲੋਕੇਸ਼ਨ ਮੇਰੀ ਆਰ ਫਲੇ ਦੀ, ਵੀਡੀਓ ਸ਼ੁਰੂ ਤੋਂ ਲੱਗ ਕੇ ਆਖਿਰ ਤੱਕ ਵੇਖਣਾ ਤਾਂ ਕਿ ਤੁਹਾਨੂੰ ਪੂਰੀ ਗੱਲ ਦੀ ਜਨਾਬ ਸਮਝ ਆ ਸਕੇ। ਜਨਾਬ ਪੰਜ ਮੱਝਾਂ ਨੇ ਤੇ ਇੱਕ ਗਾਂ ਹੈ, ਤਾਜ਼ੀ ਸੂਈ ਹੈ, ਪਿੱਛੇ ਦੇ ਵੱਛੀ ਹੈ, ਤੀਸਰਾ ਸੂਆ। ਮਾਸ਼ਾਅੱਲਾ ਜਨਾਬ ਕਿੰਨੀਆਂ ਲੋੜ ਹੋ ਗਈਆਂ? ਤਿੰਨ ਲੋੜ ਹੋ ਗਈਆਂ ਜਨਾਬ। ਤਿੰਨ ਜਾਨਵਰ ਰਹਿ ਗਏ, ਇੱਕ ਗਾਂ ਅਤੇ ਦੋ ਮੱਝਾਂ, 6 ਜਾਨਵਰ ਨੇ ਇਹਦੇ ਜਨਾਬ। ਕੋਈ ਪਹਿਲਣਾ ਨੇ, ਕੋਈ ਦੂਜਣਾ ਨੇ, ਕੋਈ ਤੀਜਣਾ ਨੇ। 4 ਸੂਈਆਂ ਹੋਈਆਂ ਨੇ, ਸੂਣ ਵਾਲੀ ਮੱਝ। ਇੱਕ ਇਹ ਮੱਝ ਹੈ ਜਨਾਬ, ਮਾਸ਼ਾਅੱਲਾ। ਵੀਡੀਓ ਸ਼ੁਰੂ ਤੋਂ ਲੱਗ ਕੇ ਆਖਿਰ ਤੱਕ ਵੇਖਣੀ। ਇਹ ਮਾਸ਼ਾਅੱਲਾ ਗੁਜਰਾਤ ਜਾ ਰਹੀਆਂ ਜਨਾਬ, ਅੱਲਾ ਤੇ ਅੱਲਾ ਦੇ ਰਸੂਲ ਦੇ ਵੱਲ। ਬੱਚਾ ਫੜ।
ਕਰ ਲਈਏ ਹੈ ਜਨਾਬ। ਇੱਕ ਮੱਝ ਮਾਸ਼ਾਅੱਲਾ ਰਹਿ ਗਈ, ਮੂਹਰੀ ਬੈਠੇ ਮਾਸ਼ਾਅੱਲਾ ਜੀ ਲੋਡ ਹੋ ਗਈਆਂ ਨੇ ਅੱਲਾ ਤੇ ਅੱਲਾ ਦੇ ਰਸੂਲ ਦੇ ਵਾਲੇ। ਕੈਮਰਾਮੈਨ ਸਾਹਿਬ ਗੱਡੀ ਦਾ ਇੱਕ ਵਾਰੀ ਗੇੜਾ ਕਰਾ ਲਓ। ਵੇਖਿਆ ਜੀ ਕਿਤੇ ਇੱਥੇ ਨਾ ਰਹਿ ਜਾਏ ਇਹਨੂੰ ਵਿੱਚ ਪਾ ਰਹੇ। ਕੋਈ ਗੱਲ ਨਹੀਂ ਕਰਨਾ।